ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਅੱਜ ਦੇ ਦਿਨ ਸਤਿਗੁਰਾਂ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪੋਥੀ ਸਾਹਿਬ ਦਾ ਉਸ ਵੇਲੇ ਸਰੂਪ ਸੀ ਤਿਆਰ ਕਰਕੇ ਅਤੇ ਅੱਜ ਦੇ ਦਿਹਾੜੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਵਾਏ ਅਤੇ ਬਾਬਾ ਬੁੱਢਾ ਸਾਹਿਬ ਗੁਰੂ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਸਿੱਖ ਉਹਨਾਂ ਨੂੰ ਜੋ ਹੈਡ ਗ੍ਰੰਥੀ ਉੱਥੇ ਦੇ ਸਥਾਪਨਾ ਕੀਤੇ ਔਰ ਹੁਕਮਨਾਮਾ ਸਾਹਿਬ ਲੈ ਕਰਕੇ ਗੁਰੂ ਆਪ ਸਰਵਣ ਕੀਤਾ ਹੈ ਔਰ ਸਤਿਗੁਰਾਂ ਨੇ ਇਹ ਪ੍ਰਕਾਸ਼ ਕਰਵਾ ਕੇ ਅਤੇ ਇੱਕ ਸਿੱਖ ਪੰਥ ਜੋ ਮਾਨੋ ਪੂਰੀ ਮਾਨਵਤਾ ਵਾਸਤੇ ਇੱਕ ਮਾਨੋ ਬੇੜਾ ਤਿਆਰ ਕੀਤਾ ਸੰਸਾਰ ਭਵਜੇ ਤੋਂ ਪਾਰ ਲੰਘਣ ਦਾ ਸੁਖੈਨ ਸਤਿਗੁਰਾਂ ਨੇ ਜਹਾਜ਼ ਅਤੇ ਗੁਰਬਾਣੀ ਦਾ ਜਹਾਜ਼ ਤਿਆਰ ਕੀਤਾ। ਉਹ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਸਤਿਗੁਰ ਕਿਰਪਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।